ਮਾਤਾ ਵੈਸ਼ਨੋ ਦੇਵੀ ਯਾਤਰਾ ਤੇ ਗਏ ਸ਼ਰਧਾਲੂਆਂ ਦੇ ਨਾਲ ਵਾਪਰੇ ਇਸ ਹਾਦਸੇ ਦੇ ਵਿਚ ਦੱਸ ਦਈਏ ਤਿੰਨ ਸ਼ਰਧਾਲੂਆਂ ਦੀ ਮੌਤ ਅਤੇ ਇਕ ਜ਼ਖਮੀ ਹੋਇਆ ਸੀ ਤੇ ਇਸ ਹਾਦਸੇ ਵਿਚ ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸਿਕ ਕਸਬਾ ਧਿਆਨਪੁਰ ਦੀ ਨਵ ਵਿਆਹੁਤਾ ਅਤੇ ਮਾਪਿਆਂ ਦੀ ਇਕਲੌਤੀ ਧੀ ਸ਼ਿਖਾ ਦੀ ਮੌਤ ਹੋਈ ਸੀ। ਜਿਸ ਦੀ ਮ੍ਰਿਤਕ ਦੇ ਬੀਤੀ ਰਾਤ ਹੀ ਸ਼ਰਾਈਨ ਬੋਰਡ ਦੀ ਮਦਦ ਦੇ ਨਾਲ ਉਸਦੇ ਸਹੁਰੇ ਪਰਿਵਾਰ ਇਤਿਹਾਸਿਕ ਕਸਬਾ ਧਿਆਨਪੁਰ ਵਿਖੇ ਪਹੁੰਚੀ ਅਤੇ ਜਿੱਥੇ ਉਸਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਗਿਆ ਤੇ ਇਸ ਮੌਕੇ ਦੇ ਵਿਚ ਵੱਡੀ ਗਿਣਤੀ ਵਿਚ ਸ਼ਿਖਾ ਦੇ ਰਿਸ਼ਤੇਦਾਰ, ਭੈਣ ਭਰਾ ਤੇ ਇਲਾਕੇ ਦੇ ਲੋਕਾਂ ਨੇ ਜਿਹੜਾ ਹੈ ਸ਼ਾਮਿਲ ਹੋ ਕੇ ਸਪਨਾ ਨੂੰ ਨਮਕ ਖਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ। ਦੱਸ ਦਈਏ ਸ਼ਿਖਾ ਦੇ ਪਤੀ ਅਮਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੱਤੀ ਹੈ ਕਿ ਬੀਤੇ ਐਤਵਾਰ ਨੂੰ ਹੀ ਉਹ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਨ ਲਈ ਗਏ ਸੀ, ਪਰ ਬੀਤੇ ਕੱਲ ਮਾਤਾ ਵੈਸ਼ਨੋ ਦੇਵੀ ਜੀ ਦੇ ਭਵਨ ਤੇ 1.5 ਕਿਲੋਮੀਟਰ ਪਹਿਲਾਂ ਹੀ ਸ਼ਿਖਾ ਦੀ ਫੋਟੋ ਖਿੱਚਣ ਦੌਰਾਨ ਅਚਾਨਕ ਜ਼ਮੀਨ ਖਿਸਕ ਗਈ ਸੀ ਤੇ ਜਿਸ ਦੌਰਾਨ ਉਪਰੋਂ ਇੱਕ ਵੱਡਾ ਪੱਥਰ ਜਿਹੜਾ ਹੈ ਉਹ ਸ਼ਿਖਾ ਸਮੇਤ ਹੋਰਨਾਂ ਸ਼ਰਧਾਲੂਆਂ ਉੱਪਰ ਡਿੱਗ ਪਿਆ, ਜਿਸ ਵਿਚ ਸ਼ਿਖਾ ਅਤੇ ਹੋਰ 2 ਸ਼ਰਧਾਲੂਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਾਡਾ 1 ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਅਜੇ ਵਿਆਹ ਦੇ ਸ਼ਗਨ ਵੀ ਨਹੀਂ ਮੁੱਕੇ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਵੱਡਾ ਹਾਦਸਾ ਵਾਪਰ ਗਿਆ। ਉਧਰ ਸ਼ਿਖਾ ਦੇ ਪੇਕੇ ਪਰਿਵਾਰ ਅਤੇ ਸਹੁਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਸ ਖਬਰ ਨਾਲ ਇਲਾਕੇ ਦੇ ਵਿਚ ਸੋਗ ਦੀ ਲਹਿਰ ਜਿਹੜੀ ਹੈ ਉਹ ਚੱਲ ਰਹੀ ਹੈ। ਭਾਜੀ ਮੇਰਾ ਤਾਂ ਸਾਰਾ ਕੁਝ ਹੀ ਚੱਲ ਗਿਆ ਮੇਰੇ ਕੋਲ, ਇਸ ਤੋਂ ਮਾੜਾ ਕੀ ਹੋ ਸਕਦਾ। ਕਿੱਦਾਂ ਸਾਰਾ ਹਾਦਸਾ ਹੈ? ਬਸ ਅਸੀਂ ਜਾਣਦੇ ਹਾਂ ਤੇ ਇੰਨਾ ਵਧੀਆ ਵਿਊ, ਕਹਿੰਦੀ ਬਾਹਰ ਬਹੁਤ ਵਧੀਆ, ਇੱਥੇ ਖਲੋ ਜਾਈਏ ਤੇ ਬਸ ਫੋਟੋ ਖਿੱਚਣ ਲੱਗੇ ਹਾਂ। ਇੱਕ ਫੋਟੋ ਖਿੱਚੀ ਆ, ਕਹਿੰਦੀ ਮੇਰੀ ਸਹੀ ਨਹੀਂ ਆਈ, ਮੈਂ ਦੂਸਰੇ ਸਾਈਡ ਜਾਂਦੀ ਤਾਂ ਉੱਧਰ ਫੋਟੋ ਸਹੀ ਆਉਣੀ ਹੈ। ਬਸ ਉੱਧਰ ਖਲੋਣ ਦੀ ਮਿੰਟ ਹੀ ਹੋਇਆ ਤੇ ਪੱਥਰੇ ਦੇ ਉੱਤੇ ਆ ਪਿਆ ਉਸੇ ਟਾਈਮ, 1 ਸਕਿੰਟ ਤਾਂ ਮੈਨੂੰ ਨਹੀਂ ਟਾਈਮ ਮਿਲਿਆ ਕਿ ਮੈਂ ਆਵਾਜ਼ ਹੀ ਕਿਤੇ ਮਾਰਦਾ ਕਿ ਇੱਧਰ ਉੱਧਰ ਆ ਜਾ। ਬਸ ਕਿੰਨੇ ਆ ਹੋਰ ਵੀ? 1 ਲੇਡੀਜ਼ ਹੋਰ ਹੈ, ਉਹਦੀ ਵੀ ਡੈਥ ਹੋ ਗਈ। ਨਹੀਂ ਨਹੀਂ ਮੈਂ ਦੋਸਤ ਸੀ ਨਾ, ਮੈਂ ਫੋਟੋ ਖਿੱਚਦਾ ਪਿਆ ਸੀ ਜਿਹੜੀ ਡੈਡ ਬੋਡੀ ਉਹਦੇ ਪਹੁੰਚਾਉਣ ਦੇ ਵਿੱਚ ਕਿਸੇ ਨੇ ਮਦਦ ਕੀਤੀ ਹੈ? ਹਾਂਜੀ, ਉੱਥੋਂ ਦੇ ਬਹੁਤ ਉਹਨਾਂ ਨੇ ਕੀਤਾ, ਹਾਂਜੀ ਸ਼ਰਾਈਨ ਬੋਰਡ ਨੇ ਘਰ ਤੱਕ ਸਾਨੂੰ ਮਦਦ ਕੀਤੀ ਉਹਨਾਂ ਨੇ। ਇਹ ਜਿਹੜਾ ਹਾਦਸਾ ਜਿਹੜਾ ਉੱਥੇ ਵਾਪਰਿਆ ਕਿੱਥੇ ਕਰਕੇ ਆ ਜੀ? ਵਾਪਰਿਆ ਹੇਮਕੋਟੀ ਦੇ ਲਾਗੇ ਵਾਪਰਿਆ ਜੀ ਹਾਦਸਾ, ਮਤਲਬ ਭਾਵਾਂ ਤੋਂ 1.5 ਕਿਲੋਮੀਟਰ ਪਿੱਛੇ। ਹਾਂਜੀ ਲੈਂਡ ਸਲਾਈਡਿੰਗ ਹੋਈ ਹੈ? ਹਾਂਜੀ ਲੈਂਡ ਸਲਾਈਡਿੰਗ ਹੋਈ, ਤਾਂ ਹੀ ਤੇ ਬਾਰਿਸ਼ ਬਹੁਤ ਤੇਜ਼ ਹੋਈ ਪਹਿਲਾਂ, ਬਾਰਿਸ਼ ਦੇ ਕਰਕੇ ਸਾਰਾ ਇਹ ਹਾਦਸਾ ਵਾਪਰਿਆ। ਉੱਪਰੋਂ ਜਿਹੜੀ ਫਿਰ ਡੈਡ ਬੋਡੀ ਜਿਹੜੀ ਉਹ ਆਪਾਂ ਕਿਸ ਤਰ੍ਹਾਂ ਲੈਂਦੀ ਗਈ ਆ? ਉਹ ਸਟਰਕਚਰ 'ਤੇ ਲੈ ਕੇ ਆਏ ਥੱਲਿਓਂ, ਬੰਦੇ ਨਾਲ ਜਾ ਕੇ ਉਹਨਾਂ ਦੀ ਫੋਰਸ ਸੀਗੀ ਕੋਈ, ਉਹ ਲੈ ਕੇ। ਹਾਂਜੀ ਉਹ ਆਪਣਾ ਐਤਵਾਰ ਦੇ ਨੇ ਵੈਸ਼ਨੋ ਦੇਵੀ ਮਾਤਾ ਦੇ, ਤੇ 2:30 ਵਜੇ ਨਾ ਬੱਚਿਆਂ ਦਾ ਫੋਨ ਆਇਆ ਤੇ ਅਸੀਂ ਪਠਾਨਕੋਟ ਬੈਠੇ ਹਾਂ ਤੇ ਦੱਦੀ ਨਾਂ ਦੀ ਦੀਤ ਦੇ ਪਏ। ਚੱਲ ਅਸੀਂ ਮੈਂ ਤਾਂ 2 ਵਜੇ ਆਇਆ ਵਾਪਸੀ, ਜਨਾਨੀ ਤੇ ਮੈਂ ਆਪੇ ਰੋਟੀ ਲਦੇ ਹਾਂ ਰੇ ਦਰਾਈ ਤੋਰੀ ਸਾਡੀ ਚਾਚੀ ਜਿਹਨਾਂ ਦਾ ਰਿਸ਼ਤਾ ਤਰਾਇਆ ਉਹ ਆਦੇ ਕਹਿੰਦੇ ਤੁਸੀਂ ਸੁਣਿਆ ਸਾਡੀ ਰੋਟੀ ਉੱਥੇ ਤੇ ਉੱਥੇ ਰਹਿ ਚਾਚੀ ਇਸ ਹਾਲ 'ਚ ਤਦੀ ਆਏ ਨੀ, ਕਹਿੰਦਾ ਜਿੱਦਾਂ ਸਾਨੂੰ ਦੱਸਦਾ ਸੁਣਿਆ ਜੇ ਬਾਅਦ ਚ ਫੋਨ ਆ ਗਿਆ ਜੀ ਇਹ ਗੱਲ ਹੋ ਗਈ। ਤੁਹਾਡੀ ਕੀ ਲੱਗਦੀ? ਬੇਟੀ ਮੇਰੀ ਪਿਛਲੀ 28 ਤਰੀਕ ਦਾ ਵਿਆਹ ਜੇ, ਚੱਲ ਵੇਖ ਲਓ 3 ਤਰੀਕ ਸੀ, ਚੱਲ 2 ਤਰੀਕ ਸੀ, ਇਹ ਤਾਂ ਮਹੀਨਾ 4-5 ਦਿਨ ਹੋਏ ਜੇ। ਮੇਰੀ ਨੂੰਹ ਹੈ ਜੀ, 28 ਜੁਲਾਈ ਇਹਨਾਂ ਦਾ ਅਸੀਂ ਮੈਰਿਜ ਅੰਮ੍ਰਿਤਸਰ ਤੋਂ ਕਰਕੇ ਆਏ, ਜਨਮ ਅਸ਼ਟਮੀ ਕਰਕੇ ਇਹਨਾਂ ਨੇ ਕਿਹਾ, ਜਨਮ ਅਸ਼ਟਮੀ ਵੇਖ ਕੇ ਇਸ ਤੋਂ ਬਾਅਦ ਅਸੀਂ ਵੈਸ਼ਨੋ ਮਾਤਾ ਦੇ ਜਾਵਾਂਗੇ। ਇਹ ਦੋਨੇ ਜਾਣੇ ਮਤਲਬ ਐਤਵਾਰ ਚੜ ਕੇ ਜੀ ਵੈਸ਼ਨੋ ਮਾਤਾ ਦੇ, ਸੋਮਵਾਰਾਂ ਨੂੰ ਮੈਸੇਜ ਆ ਗਿਆ ਜੀ ਉੱਥੋਂ ਕਿ ਇਹ ਗੱਲ ਹੋਈ। ਉਸ ਤੋਂ ਬਾਅਦ ਸਾਨੂੰ ਕੋਈ ਫਰਮ ਨਹੀਂ ਹੋਇਆ, ਉਹਨਾਂ ਨੇ ਆਪੇ ਕਿਹਾ ਵੀ ਛੱਡ ਕੇ ਜਾਵਾਂਗੇ ਜੀ। 2:30-3 ਵਜੇ ਸਾਨੂੰ ਪਤਾ ਲੱਗ ਗਿਆ ਕਿ ਜਿਹੜੀ ਲੜਕੀ ਉਹਦੀ ਡੈਥ ਹੋ ਗਈ ਹੈ। ਇਸ ਤੋਂ ਬਾਅਦ ਸਾਨੂੰ 11:00 ਵਜੇ ਉਹਨਾਂ ਨੇ ਬੜੇ ਆਦਰ ਸਨਮਾਨ ਨਾਲ ਸਾਨੂੰ ਡੈਡ ਬਾਡੀ ਪਹੁੰਚਾਈ, ਉਹਨਾਂ ਨੇ 11:00 ਵਜੇ ਡੈਡ ਬਾਡੀ ਆ ਗਈ ਹੈ।
ਮਤਲਬ ਪੂਰੀ ਮਦਦ ਕੀਤੀ ਉਹਨਾਂ ਦੀ? ਹਾਂਜੀ, ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਹੈ ਜੀ। ਬਾਕੀ ਸਾਡੇ ਨਾਲ ਬਹੁਤ ਧੱਕਾ ਹੋਇਆ ਹੈ, ਸੋਮਵਾਰ ਹਜੇ 31 ਦਿਨ ਹੋਏ ਆ ਸਾਡੀ ਨੂਰ ਹਣੀ ਨੂੰ ਆਏ ਹਾਂ।